सब्सक्राइब करो चढ़दिखला टाइम टीवी नू ते लेटेस्ट अपडेट पाउन ले प्रेस करो बेल आइकन। संत के संग मिटया अहंकार, संत के संग मिटया अहंकार, दृष्टा वे सब एकंकार, दृष्टा वे सब एकंकार, संत के संग मिटया अहंकार, संत के संग मिटया की धूड़ मिटे अग कोट, संत प्रसाद जन्म मरण ते छोट, संत की धूड़ मिटे अग कोट, संत प्रसाद जन्म मरण ते छोट, संत का दर्श पूरन स्नान, संत का दर्श पूरन स्नान, संत कृपा ते जपिए नाम, संत कृपा ते जपिए, संत कृपा ते जपिए नाम, संत कृपा ते जपिए नाम, संत के संग मिटया अहंकार, संत के संग मिटया अहंकार, दृष्टा वे सब एकंकार, दृष्टा वे सब एकंकार, दृष्टा वे सब एकंकार, दृष्टा वे सब एकंकार, संत के संग मिटया अहंकार, संत के संग मिटया अहंकार, अहंकार सो प्रसन्न आए वस पंचा, अमृत नाम हृदय ले संचा, संत सो प्रसन्न
छपंजा अमृत नाम हृदय ले संचा को नानक जाका पूरा कर्म को नानक जाका पूरा कर्म तिस भेटे साधु के चरण तिस भेटे साधु के चरण तिस भेटे साधु के संत के संग मिटया रिटावे सब एक अंकार सब एक अंकार संत के संग मिटया अंकार संत के संग मिटया संत के संग मिटया कर संत के संग मिटया साध के संग मुख ओझल हो साध संग मल सगली खोत साध के संग मिटे अभिमान मिटे अभिमान बाबा दीप सिंह जी उन्हों का भी लखविंदर सिंह दिहाड़ा मना जिधर भले ले जाना ਜਿੱਧਰ ਪ੍ਰਭ ਕਰ ਲਈ ਜਾਣਾ ਕਿਉਂਕਿ ਉਦੋਂ ਸਮਾਂ ਇਹੋ ਜਿਹਾ ਸੀ ਇਹ ਤੇ ਹੁਣ ਵੋਟਾਂ ਪੈ ਕੇ ਰਾਜ ਚੁਣਿਆ ਜਾਂਦਾ ਪਹਿਲੇ ਤੇ ਦੂਜਾ ਰਾਜ ਸੀ ਜਿਸ ਕੀ ਲਾਟੀ ਉਸ ਕੀ ਭੈਣ ਸੀ ਹਜ਼ਾਰ ਦੇ ਕਰੀਬ ਸਾਲ ਉਹ ਸੰਤਾਪ ਉਹ ਗਿਆ ਗਿਆ ਉਹ ਤੇ ਇੰਨਾ ਕੁ ਜ਼ੁਲਮ ਦਾ ਸੀ ਵੀ ਜੇ ਕਿਸੇ ਮੁਗਲ ਬਾਦਸ਼ਾਹ ਦਾ ਮੁੰਡਾ ਉਹਦੇ 'ਚ ਤਾਕਤ ਜ਼ਿਆਦਾ ਆ ਗਈ ਤਾਂ ਪਿਓ ਨੂੰ ਮਾਰ ਦੇ ਬਹਿ ਜਾਓ ਆਖੋ ਸਤਨਾਮ ਇਹ ਤਾਂ ਜਿਹੜਾ ਹੁਣ ਵੋਟਾਂ ਨਾਲ ਆਪਾਂ ਚੁਣਦੇ ਹਾਂ ਇਹ ਸਾਰੀ ਬਖਸ਼ਿਸ਼ ਬਾਜਾਂ ਵਾਲੇ ਦੀ ਆਖੋ ਸਤਨਾਮ ਇਹ ਗੁਰੂ ਗੋਬਿੰਦ ਸਿੰਘ ਜੀ ਕਲਗੀ ਧਰਦੀ ਮੇਰੇ ਜਿਨ੍ਹਾਂ ਨੇ ਉਹ ਜ਼ੁਲਮ ਰਾਜ ਦੀ ਜੜ ਨੂੰ ਖੇੜਿਆ ਆਖੋ ਸਤਨਾਮ ਜੜ ਨੂੰ ਖੇੜਿਆ ਜ਼ੁਲਮ ਹੀ ਸੀ ਤਿਲਕ ਲਾ ਦਿਓ ਜ਼ੁਲਮ ਹੀ ਸੀ ਜੰਝੂ ਲਾ ਦਿਓ ਇਹ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਪਹਿਲੇ ਸਿੱਖਿਆ ਮੰਤਰੀ ਡਾਕਟਰ ਅਬੂਲ ਕਲਾਮ ਉਹਨਾਂ ਦੀ ਕਿਤਾਬ ਇੰਟਰਨੈਟ 'ਤੇ ਪੜ੍ਹਿਓ ਜਾਂ ਲਿਆ ਕੇ ਪੜ੍ਹਿਓ ਕਿਤਾਬ ਦਾ ਨਾਂ ਹੈ ਇੰਡੀਆ ਵਨ ਫਰੀਡਮ ਇੱਕ ਮੁਸਲਮਾਨ ਸਿੱਖਿਆ ਮੰਤਰੀ ਦੀ ਕਿਤਾਬ ਉਹ ਆਪਣੀ ਕਿਤਾਬ 'ਚ ਕੀ ਲਿਖਦਾ ਕਿ ਜਲਿਆਂਵਾਲੇ ਬਾਗ 'ਚ ਇੰਨੇ ਸ਼ਹੀਦ ਹੋਏ ਇੰਨੇ ਸਿੱਖ ਇੰਨੇ ਦੂਜੇ ਵੀਰ ਉਮਰ ਕੈਦ ਹੋਈ ਇੰਨੇ ਸਿੱਖ ਇੰਨੇ ਇੰਨੇ ਫਾਂਸੀ ਚੜੇ ਇੰਨੇ ਸਿੱਖ ਵੀਰ ਇੰਨੇ ਦੂਜੇ ਵੀਰ ਕੂਕਾ ਲਹਿਰ ਬਜ ਬਜ ਘਾਟ ਦੀ ਲਹਿਰ ਕਾਲੀ ਲਹਿਰ ਉਹ ਡਾਕਟਰ ਅਬੂਲ ਕਲਾਮ ਸਾਰੇ ਵੇਰਵੇ ਦੇ ਕੇ ਕਹਿੰਦਾ ਵੀ ਹਿੰਦੁਸਤਾਨ ਦੀ ਜਿੰਨੀ ਆਜ਼ਾਦੀ ਦੇ ਵਿੱਚ 92% ਸ਼ਹੀਦੀਆਂ ਤੇ ਕੁਰਬਾਨੀਆਂ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਦੀਆਂ
92 परसेंट हूँ इतने अंदाजा ला लो भी आ जी आजादी जा अपनी मर्जी नाल वोट के भाव नाल बंदा चुनना जुलम दी उस जड़ नूं खत्म करन विच ओ शहीदियां ओ यादी ਇਹ ਗੁਰੂ ਗੋਬਿੰਦ ਸਿੰਘ ਜੀ ਨੇ ਸਪਿਰਟ ਭਰੀ ਸੀ ਆਖੋ ਸਾਹਿਬ ਸਮਾਂ ਦੇ ਵਿੱਚ ਇਹੀ ਸੀ ਕਦੀ ਬਾਬਾ ਦੀਪ ਸਿੰਘ ਕੋਈ ਆ ਜਾਂਦਾ ਸੀ ਕਦੀ ਕੋਈ ਆ ਜਾਂਦਾ ਬਾਬਾ ਜੀ ਨਾਸਰ ਦੀਨ ਦੀ ਗੜੀ ਮੇਰੀ ਨੂੰਹ ਚੁੱਕ ਕੇ ਲੈ ਗਏ ਮੇਰੀ ਧੀ ਨੂੰ ਚੁੱਕ ਕੇ ਲੈ ਗਏ ਫਲਾਣਾ ਮੁਗਲ ਬਾਬਾ ਜੀ ਪੰਜਾਹ ਪੰਜਾਹ ਸੌ ਸੌ ਸੂਰਮੇ ਨਾਲ ਖੜਨੇ ਗੜੀ ਨੂੰ ਘੇਰਾ ਪਾਉਣਾ ਐਵੇਂ ਨਹੀਂ ਅੱਜ ਸਾਰੇ ਪਾਸੇ ਜਾਇਆ ਕਰ ਬਾਬਾ ਦੀਪ ਸਿੰਘ ਬ੍ਰਹਮ ਗਿਆਨੀ ਕੇ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰਉਪਕਾਰ ਮਹਾ ਮੈਂ ਕਹਿੰਦਾ ਆਪਣੇ ਲਈ ਤੇ ਸਾਰੇ ਜੀ ਲੈਂਦੇ ਆਪਣੇ ਪਰਿਵਾਰ ਲਈ ਤੇ ਸਾਰੇ ਜੀ ਲੈਂਦੇ ਇਸ ਤਰ੍ਹਾਂ ਕਿਸੇ ਲਈ ਜੀਣਾ ਬਾਬਾ ਦੀਪ ਸਿੰਘ ਨੇ ਸਿਖਾਇਆ ਕਹਿ ਦਿਓ ਗੱਜ ਕੇ ਸੱਸ ਐਵੇਂ ਨਹੀਂ ਜਾਇਆ ਉਹ ਜਦੋਂ ਘੇਰਾ ਪਾਉਣਾ ਤੇ ਉਹ ਨੂੰਹ ਨੂੰ ਛਡਾਉਣਾ ਬੱਚੀਆਂ ਨੂੰ ਛਡਾਉਣਾ ਵਾਰਸਾਂ ਦੇ ਹਵਾਲੇ ਜਦੋਂ ਕਰਨਾ ਕਿਉਂਕਿ ਬਾਬਾ ਜੀ ਦਾ ਘੇਰਾ ਬੜਾ ਨਾਮ ਜਪਣ ਲਈ ਰੂਹਾਂ ਸੀ ਉਹਨਾਂ ਫਿਰ ਚਿੱਟਾ ਝੰਡਾ ਚੱਕ ਲੈਣਾ ਮੂੰਹ 'ਚ ਘਾਹ ਪਾ ਕੇ ਡਰ ਜਾਣਾ ਲੜੀ ਵਾਲੇ ਅੱਗੋਂ ਤਾੜਨਾ ਕਰਨੀ ਉਹਨਾਂ ਨੂੰ ਛੁਡਾ ਕੇ ਵਾਰਸਾਂ ਦੇ ਹਵਾਲੇ ਕਰਨਾ ਕਿੱਡੀ ਵੱਡੀ ਸੀਸ ਤੇ ਮੈਂ ਉੱਥੇ ਗੱਲ ਲਿਆ ਰਿਹਾ ਜਦੋਂ ਬਾਬਾ ਜੀ ਇਸ ਤਰ੍ਹਾਂ ਕੋਈ ਵੀ ਕਿਸੇ ਦਾ ਕਾਰਜ ਕਰਕੇ ਆਉਂਦੇ ਸੀ ਆਉਂਦਿਆਂ ਸਿੰਘਾਂ ਨੂੰ ਕੀ ਕਹਿਣਾ ਕਿ ਭਾਈ ਅਲੱਗ ਅਲੱਗ ਬਹਿ ਜਾਓ ਕਿਤੇ ਹੋਮੇ ਨਾ ਆ ਜੇ ਅਸੀਂ ਛੁਡਾ ਕੇ ਲਿਆਏ ਆਖੋ ਸਤਨਾਮ ਕਿਤੇ ਮੈਂ ਨਾ ਆ ਜੇ ਅਸੀਂ ਪਰਉਪਕਾਰ ਕਰਕੇ ਆਏ ਹਾਂ ਅਲੱਗ ਅਲੱਗ ਬਹਿ ਜਾਓ ਤੇ ਪੰਜ ਪੰਜ ਪਾਠ ਜਾਪ ਸਾਹਿਬ ਹਾਜ਼ਰੀ ਲਾਓ ਗੁਰੂ ਗੋਬਿੰਦ ਸਿੰਘ ਨੇ ਸੇਵਾ ਲੈ ਲਈ ਕਹਿ ਦਿਓ ਗੱਜ ਕੇ ਸਾਹਿਬ ਇਹ ਮਹਾਂਪੁਰਸ਼ਾਂ ਦੇ ਜੀਵਨ ਚੋਂ ਮਿਲੇਗੀ ਗਰੀਬੀ ਨਿਮਰਤਾ ਇਸ ਕਰਕੇ ਮਹਾਰਾਜ ਕਹਿੰਦੇ ਸੰਤ ਕੇ ਸੰਗ ਮਿਟਿਆ ਹੰਕਾਰ ਪੜਿਓ ਪਿਆਰ ਨਾਲ ਸੰਗ ਸੰਗ ਮਿਟਿਆ ਹੰਕਾਰ ਸੰਤ ਕੇ ਸੰਗ ਮਿਟਿਆ ਹੰਕਾਰ ਸੰਤ ਕੇ ਸੰਗ ਮਿਟਿਆ ਹੰਕਾਰ ਸੰਤ ਕੇ ਦ੍ਰਿਸ਼ਟਾਵੇ ਸਵੇ ਹੰਕਾਰ ਦ੍ਰਿਸ਼ਟਾਵੇ ਸਵੇ ਹੰਕਾਰ ਸੰਤ ਦੇ ਸੰਗ ਮਿਟਿਆ ਇਸੇ ਟਿਊਨ ਤੇ ਹੀ ਮੈਂ ਹੁਣ ਸ਼ਬਦ ਪੜਨ ਲੱਗਾ ਘੜੀ ਮੈਂ ਵੇਖੀ 6:54 ਹੋ ਗਿਆ ਆਪ ਜੀ ਬਹੁਤ ਭੈਣਾਂ ਕੱਲੀਆਂ ਆਈਆਂ ਹੋਈਆਂ ਲੇਟ ਨਾ ਜਿਹੜਾ ਸਬਜੈਕਟ ਚੱਲ ਰਿਹਾ ਛੋਟੀ ਉਮਰ ਪੁੱਗੀਆਂ ਰੂਹਾਂ ਭਾਈ ਪੱਲਾ ਜੀ ਕਵਿੰਜਵਾਂ ਭਾਵ ਤੇ ਜਿਹੜੇ ਸ਼ਬਦ ਨੂੰ ਅਸੀਂ ਹਰ ਵਾਰੀ ਫਿਰ ਪੜ੍ਹਦੇ ਹਾਂ ਰਾਮ ਜਪੋ ਜੀ ਐਸੇ ਐਸੇ ਰੂਪ ਪ੍ਰਹਿਲਾਦ ਜਪਿਓ ਹਰ ਜੈਸੇ ਤੇ ਹੁਣ ਇਹਨੂੰ ਬੰਦ ਕਰਾਂ ਨਵੀਂ ਟਿਊਨ ਫਿਰ ਲਾਵਾਂ ਉਹ ਟਾਈਮ ਵੀ ਵੱਜੇ ਇਸੇ ਟਿਊਨ 'ਚ ਇਹ ਸ਼ਬਦ ਪੜ੍ਹ ਲਓ ਤੇ 15 ਕੁ ਮਿੰਟ ਸਹਿਯੋਗ ਦੇਣਾ ਤਾਂ ਕਿ ਉਹ ਕਵਿੰਜਵਾਂ ਪਹਾੜ
ਰਾਮ ਜਪੋ ਰਾਮ ਜਪੋ ਜੀ ਐਸੇ ਐਸੇ ਰਾਮ ਜਪੋ ਰਾਮ ਜਪੋ ਰਾਮ ਜਪੋ ਜੀ ਐਸੇ ਐਸੇ ਰਾਮ ਜਪੋ ਤੂੰ ਪ੍ਰਹਿਲਾਦ ਜਪਿਓ ਹਰ ਜਸੇ ਕਵਿੰਜਵਾਂ ਪਾ ਗਏ ਤੇ ਸਾਰਿਆਂ ਨੂੰ ਪਤਾ ਵੀ ਜਿਹੜੀ ਕਥਾ ਚੱਲਦੀ ਪਈ ਹੈ ਬੁਤਾਲੇ ਪਿੰਡ ਦੇ ਭਾਈ ਪੱਲਾ ਛੋਟੀ ਉਮਰ ਆਖੋ ਸਾਧਨਾ ਇੱਕ ਮਾਂ ਨੇ ਸਪਿਰਟ ਭਰਤੀ ਬੱਚਿਆ ਤੇਰਾ ਗੁਰੂ ਇੰਨਾ ਅੰਤਰਜਾਮੀ ਏ ਤੂੰ ਘਰ ਬਹਿ ਕੇ ਯਾਦ ਕਰ ਉਹ ਤੈਨੂੰ ਘਰ ਆ ਕੇ ਦਰਸ਼ਨ ਦੇ ਆਖੋ ਉਹ ਗੱਲ ਵੜ ਗਈ ਮਾਂ ਨੇ ਕਿਹਾ ਸ਼ਰਧਾ ਹੋਰ ਵੱਧ ਜੇ ਗੱਲ ਚ ਪੱਲਾ ਪਾਤਾ ਗੁੜ ਦੀ ਰੋੜੀ ਬਣਦੀ ਕਿਧਰੇ ਮੋਹਰ ਲਿਖਿਆ ਕਿਧਰੇ ਸਿੱਕਾ ਨਾਲ ਬਣਤਾ ਵੀ ਜਦੋਂ ਗੁਰੂ ਸਾਹਿਬ ਆ ਗਏ ਖਾਲੀ ਨਾ ਮਿਲੀ ਗੁੜ ਤੇ ਸਿੱਕਾ ਭੇਟ ਕਰੀ ਆਖੋ ਸਾਧਨਾ ਇਹ ਜੁਗਤੀ ਹੈ ਜਦੋਂ ਗੁੜ ਵੇਖੇਗਾ ਗੁਰੂ ਯਾਦ ਆਏ ਜਦੋਂ ਸਿੱਕਾ ਵੇਖੇਗਾ ਗੰਢ ਤੇ ਗੁਰੂ ਯਾਦ ਆਏ ਆ ਮਾਵਾਂ ਦੀ ਲੋੜ ਹੈ ਕਹਿ ਦਿਓ ਗੱਜ ਕੇ ਸਾਧਨਾ ਹੁਣ ਤੇ ਜਿੰਨਾ ਕੁ ਸਮਾਂ ਜਾ ਰਿਹਾ ਸਾਰੀਆਂ ਮਾਵਾਂ ਨੂੰ ਬੜੀ ਵੱਡੀ ਡਿਊਟੀ ਨਿਭਾਉਣੀ ਪੈਣੀ ਨਹੀਂ ਤੇ ਬੱਚੇ ਮੋਬਾਈਲ ਲੈ ਕੇ ਬਸ ਕਾਰਟੂਨ ਨੂੰ ਪਹਿਲ ਦੇਣ ਲੱਗ ਪਏ ਵਿੱਚ ਜੋ ਕੁਝ ਹੋਰ ਚੀਜ਼ ਨੂੰ ਪਹਿਲ ਦੇਣ ਲੱਗ ਪਏ 60-70% ਬੱਚੇ ਦੇ ਇਹੋ ਜਿਹੇ ਹੈ ਕਿ ਮੋਬਾਈਲ ਤੇ ਕੁਝ ਲਾਓ ਤੇ ਤਾਂ ਰੋਟੀ ਦੀ ਬੁਰਕੀ ਮੂੰਹ ਪੈਂਦੇ ਆਖੋ ਸਾਧਨਾ ਤਾਂ ਦੁੱਧ ਪੀ ਥੋੜੀ ਥੋੜੀ ਡਿਊਟੀ ਨਿਭਾਉਣੀ ਪਈ ਆਪ ਜੀ ਸਾਰਿਆਂ ਲੋੜ ਸਮੇਂ ਅਨੁਸਾਰ ਕਹਿ ਦਿਓ ਗੱਜ ਕੇ ਸਾਧਨਾ ਡੈਰੀਆਂ ਲਾ ਦਿਓ
ਕੋਈ ਬੱਚੇ ਨੂੰ ਨਿਗਾਹ ਜਾਂ ਲਾਲਚ ਦੇ ਦੇ ਉਹ ਕੁਝ ਕਰ ਦੇ। ਗੁਰੂ ਗੋਬਿੰਦ ਸਿੰਘ ਦੇ ਖਾਤੇ ਵਿੱਚ ਤੁਹਾਡੀ ਸਹੀ ਵੱਜ ਜਾਏਗੀ। ਸਹੀ ਆ ਮਾਂ ਨੇ ਆਪਣੀ ਡਿਊਟੀ ਨਿਭਾਈ। ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਝ ਰਹੇ ਕਾਏ ਗਵਾਵੇ। ਇਹ ਮਾਂ ਨੇ ਵੇਖੋ ਗੁੜ ਦੀ ਰੋੜੀ, ਸਿਰਫ ਜਦੋਂ ਵੇਖੇਗਾ ਇਹਨੂੰ ਗੁਰੂ ਯਾਦ ਆਏਗਾ ਵੀ ਕਦੋਂ ਆਉਣਾ। ਤੇ ਹੁਣ ਸਾਰੀ ਸੰਗਤ ਨੋਟ ਕਰਿਓ, ਆਪਾਂ ਕਿੱਥੇ ਛੱਡਿਆ ਸੀ ਪਿਛਲੀ ਵਾਰੀ। ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰਤੀ, ਕੁਝ ਸਿੰਘਾਂ ਸਮੇਤ ਆ ਗਏ, ਸੁਰਮਿਆਂ ਸਮੇਤ, ਸਿੱਖਾਂ ਸਮੇਤ। ਉੱਚੇ ਟਿੱਬੇ ਤੇ ਬੈਠਾ ਜਿਹੜੀ ਮੂਰਤ ਨੂੰ ਹਿਰਦੇ ਚ ਵਸਾਇਆ ਉਹ ਸਾਹਮਣੇ ਆਈ। ਹੁਣ ਫਟਾਫਟ ਗੁੜ ਦੀ ਉਹ ਗੰਢ ਖੋਲਦਾ। ਕੋਈ ਚੀਜ਼ ਕਾਫੀ ਚਿਰ ਤੋਂ ਗੰਢ ਬੱਝੀ ਹੋਵੇ ਤੇ ਪਿੱਡੀ ਹੋ ਜਾਂਦੀ, ਖੁੱਲਦੀ। ਉਹ ਹੱਥ ਕੰਬਦੇ ਆ, ਕੋਈ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਿਹੜੇ ਕੋਈ ਘੱਟ ਸੀ। ਆਖੋ ਸਤਨਾਮ। ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਦੀ ਬੜੀ ਵੱਡੀ ਤਸੀਰ ਸੀ। ਗੁਰੂ ਹਰਗੋਬਿੰਦ ਸਾਹਿਬ ਸਾਹਮਣੇ ਖੜੇ, ਜਦੋਂ ਉਹਦੇ ਕੋਲ ਹੱਥ ਕੰਬਦੇ ਨਾ, ਗੰਢ ਖੁੱਲਦੀ ਨੀ ਗੋੜਾ ਲਈ। ਮਹਾਰਾਜ ਦੇ ਮੁੱਖ ਚੋਂ ਨਿਕਲ ਗਿਆ, ਕਹਿੰਦੇ ਲਿਆ ਪੱਲਿਆ ਤੇਰੀਆਂ ਗੰਢਾਂ ਮੈਂ ਖੋਲ ਲਈ। ਆਖੋ ਸਤਨਾਮ। ਕਈ ਕੁਝ ਮਿਲ ਗਿਆ, ਉਹ ਆਪਾਂ ਇੱਥੋਂ ਹੀ ਚੱਲਦੇ ਪਏ ਹਾਂ ਪੰਜ ਛੇ ਹਫ਼ਤਿਆਂ ਤੋਂ ਵੀ। ਸੱਤ ਤਰ੍ਹਾਂ ਦੇ ਬੰਧਨ ਗਿਣੇ, ਕਾਇਆਂ ਦਾ ਬੰਧਨ, ਕਈ ਕਾਇਆਂ ਦੇ ਬੰਧਨ ਚਲੇ, ਸੋਚਾਂ ਦਾ ਬੰਧਨ, ਆ ਵੀ ਬੰਧਨ। ਸੋਚ ਕਈ ਵਾਰੀ ਪਿੱਛੇ ਚਲੀ ਜਾਂਦੀ, ਮੇਰੇ ਨਾਲ ਕੀ ਬੀਤਿਆ। ਕਈ ਵਾਰੀ ਆਉਣ ਵਾਲਾ ਸਮਾਂ ਆਇਆ ਹੀ ਨਹੀਂ ਹੁੰਦਾ, ਸੋਚ ਉੱਧਰ ਚਲੀ ਜਾਂਦੀ। ਵਰਤਮਾਨ ਚ ਰਿਹਾ ਕਰ, ਵਰਤਮਾਨ ਦਾ ਆਨੰਦ ਮਾਣਿਆ। ਇਹ ਵੀ ਬੰਧਨ। ਇੱਕ ਸ਼ਾਹੂਕਾਰ ਨੇ ਕਿਹਾ ਸੀ ਨਾ ਆਪਣੇ ਮੁਨੀਬ ਨੂੰ, ਮਾੜੀ ਗਿਣਤੀ ਕਰ, ਹੈ ਕਿੰਨੀ ਕੁ ਮੇਰੇ ਕੋਲ ਦੌਲਤ। ਕਾਫੀ ਸ਼ਾਹੂਕਾਰ ਉਹਨੇ ਜਦੋਂ ਗਿਣਤੀ ਕੀਤੀ ਤਾਂ ਉਹਨੂੰ ਕਿਹਾ ਜੀ ਤੁਹਾਡੀਆਂ 12 ਕੁੱਲਾਂ ਵਿਹਲੀਆਂ ਬਹਿ ਕੇ ਖਾ ਸਕਦੀ, ਇੰਨੀ ਕੁ ਤੁਹਾਡੇ ਕੋਲ ਹੈਗੀ। ਉੱਚੀ ਉੱਚੀ ਰੋਣ ਲੱਗ ਪਿਆ ਤੇ ਮੁਨੀਮ ਕਹਿੰਦਾ ਵੀ ਰੋ ਕਿਉਂ ਲੱਗ ਪਏ, ਵੀ ਤੁਹਾਡੇ ਪੁੱਤਰ ਪੋਤਰੇ ਪੜਪੋਤਰੇ 12 ਕੁੱਲਾਂ ਵਿਹਲੀਆਂ ਬਹਿ ਗਏ, ਪਰ ਸੋਚਾਂ ਦਾ ਬੰਧਨ ਸੀ। ਕਹਿੰਦਾ ਮੈਂ ਤਾਂ ਰੋ ਰਿਹਾ, ਮੇਰੀ 13ਵੀਂ ਕੁੱਲ ਦਾ ਕੀ ਬਣੇ। ਜਿੱਥੇ ਗਿਆਨ ਨਹੀਂ ਇੰਨਾ ਕੁਝ ਹੁੰਦਿਆਂ ਵੀ ਰੋਣਾ। ਆਖੋ ਸਤਨਾਮ। ਇਹ ਸੋਚਾਂ ਦਾ ਬੰਧਨ ਹੈ, ਰਾਈਟਰਾਂ ਨੇ ਗਿਣੇ। ਤੀਜਾ ਬੰਧਨ ਹੋਮੇ ਦਾ, ਚੌਥਾ ਤ੍ਰਿਸ਼ਨਾ ਦਾ, ਇਹ ਤੁਸੀਂ ਡਿਟੇਲ ਸੁਣੀ। ਪਿਛਲੀ ਵਾਰੀ ਆਪਾਂ ਸ਼ੁਰੂ ਕੀਤੀ ਸੀ, ਪੰਜਵਾਂ ਬੰਧਨ ਹੈ ਮਾਇਆ ਦਾ ਬੰਧਨ। ਆਖੋ ਸਤਨਾਮ। ਮਾਇਆ ਦਾ ਤੁਹਾਨੂੰ ਗੱਲ ਚੰਗੀ ਲੱਗੇ ਤੇ ਵੇਖ ਲਿਓ। ਇੱਕ ਬੜੇ ਧਰਮੀ ਪਿਤਾ ਨੇ ਮਰਨ ਵੇਲੇ ਪੁੱਤਰ ਨੂੰ ਸਿੱਖਿਆ ਦਿੱਤੀ, ਬੇਟਾ ਮੇਰੀਆਂ 3 ਸਿੱਖਿਆ ਝੋਲੀ ਚ ਪਾ ਲੈ। ਪੁੱਤਰ ਕਹਿੰਦਾ ਪਿਤਾ ਜੀ ਦੱਸੋ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਹਾਂਪੁਰਸ਼ਾਂ ਦੀ ਅਸੀਸ ਅਤੇ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਅਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਵੱਲੋਂ ਬੰਦੀ ਛੋੜ ਦਿਵਸ ਨੂੰ ਸਮਰਪਿਤ 36ਵਾਂ ਸਲਾਨਾ ਗੁਰਮਤ ਸਮਾਗਮ ਮਿਤੀ 27 ਸਤੰਬਰ ਤੋਂ 2 ਅਕਤੂਬਰ 2019 ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ।
मुख समागम मिति 1 अक्टूबर 2019 दिन मंगलवार नूं शाम 7 बजे तो रात 12 बजे तक अते 2 अक्टूबर दिन बुधवार नूं सवेरे 8 बजे तो दोपहर 2 बजे तक होवेगा। इसे 2 अक्टूबर नूं ही सवेर दे दीवान विच 13 साबत सूरत लोड़वंद बच्चे बच्चियां दे आनंद कारज भी होणगे। हरेक बच्चे बच्ची नूं जरूरी समान तो इलावा 180 लीटर दा फ्रिज भी दिता जावेगा। जरूरी बेनती, लोड़वंद साबत सूरत परिवार जिन्हां दे रिश्ते पहला ही आपस विच तय हुए हन, केवल उही परिवार इन्हां नंबरां ते संपर्क करन दी कृपालता करन जी 98 765 25 828 29 अते 92।